37 ਸਾਲ ਸਾਡੀ ਦੋਸਤੀ ਰਹੀ। ਅੱਛਾ। 1983 ਤੋਂ ਲੈ ਕੇ ਉਹਨਾਂ ਦੀ ਵਫਾਤ ਕੀ ਕਰ, ਸ਼ਾਇਦ ਹੀ ਕੋਈ ਹਫ਼ਤਾ ਕੋਈ ਮਹੀਨਾ ਅਜਿਹਾ ਹੋਵੇ ਜਦੋਂ ਸਾਡੀ ਮੁਲਾਕਾਤ ਅਸੀਂ, ਮੈਂ 1983 ਚ ਤਾਲਬ ਇਲਮ ਬਣ ਕੇ ਸਾਦਾਤ ਕਾਲਜ ਆਇਆ ਸਾਂ। ਸੈਕਿੰਡ ਈਅਰ ਦੇ ਇਮਤਿਹਾਨ ਹੋਣ 4-5 ਮਹੀਨੇ ਬਾਕੀ, ਜਦੋਂ ਡਾਕਟਰ ਆਫਤਾਬ ਅਹਿਮਦ ਨਕਵੀ ਕਿਸੇ ਮਸਰੂਫੀਅਤ ਦੀ ਵਜ੍ਹਾ ਤੋਂ ਕਾਲਜ ਤਸ਼ਰੀਫ ਨਾ ਲਿਆ, ਪੰਜਾਬੀ ਅਰਬੀ ਸੰਗਤ ਦੇ ਇਜਲਾਸ ਅਸੀਂ ਇਕੱਠੇ ਜਾਂਦੇ ਸਾਂ, ਇਹਦੇ ਨਾਲ ਗੱਲਾਂ ਕਰਨੀਆਂ। ਅਸੀਂ ਜ਼ਿੰਦਗੀ ਦੇ 37 ਸਾਲ ਇਕੱਠਿਆਂ ਹੱਸ ਕੇ ਵੀ ਗੁਜ਼ਾਰੇ, ਇਕੱਠਿਆਂ ਰੋ ਕੇ ਵੀ ਗੁਜ਼ਾਰੇ। ਸਾਡੇ ਵੱਡੇ, ਸਾਡੇ ਬਜ਼ੁਰਗ ਇਸ ਦੁਨੀਆਂ ਤੋਂ ਗਏ ਅਤੇ ਇੱਕ ਦੂਜੇ ਦੇ ਮੋਢਿਆਂ 'ਤੇ ਸਿਰ ਰੱਖ ਕੇ ਰੋਂਦੇ ਵੀ ਰਹੇ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ ਜਿਹੜੀ ਅਸੀਂ ਸ਼ਾਮਲ ਆ ਰਹੇ। ਇਮਰਾਨ ਬਹੁਤ ਹੀ ਕੇਅਰਿੰਗ ਲੋਕਾਂ 'ਚੋਂ ਸੀ, ਬੜੀ ਮੁਹੱਬਤ ਕਰਨ ਵਾਲਾ, ਬੜਾ ਧਿਆਨ ਰੱਖਣ ਵਾਲਾ। ਉਹਦੀ ਵਫਾਤ ਤੋਂ ਤਕਰੀਬਨ 1 ਸਾਲ ਪਹਿਲੇ ਮੇਰਾ ਇੱਕ ਆਪਰੇਸ਼ਨ ਹੋਇਆ, ਇੱਕ ਗੁਰਦਾ ਡਾਕਟਰਾਂ ਨੇ ਰਿਮੂਵ ਕਰ ਦਿੱਤਾ। 4-4.5 ਘੰਟੇ ਦਾ ਆਪਰੇਸ਼ਨ ਸੀ ਅਤੇ ਇੰਨੀ ਦੇਰੀ ਮੈਂ ਬੇਹੋਸ਼ ਵੀ ਰਿਹਾ। ਇਸ ਦੌਰਾਨ ਉਹਨਾਂ ਨੇ ਕੋਈ 8 ਦਫ਼ਾ ਮੇਰੇ ਬੇਟੇ ਨੂੰ ਫੋਨ ਕੀਤਾ ਹੋਇਆ, ਔਰ ਜਿੰਨੀ ਦੇਰ ਤੀਕਰ ਬੇਟੇ ਨੇ ਇਹ ਨਹੀਂ ਕਹਿ ਦਿੱਤਾ ਕਿ ਉਹ ਹੋਸ਼ ਆ ਗਏ ਨੇ ਅਤੇ ਠੀਕ ਨੇ, ਉਹਨਾਂ ਦਾ ਹਰ ਅੱਧੇ ਪੌਣੇ ਘੰਟੇ ਬਾਅਦ ਫੋਨ ਜਾਂਦਾ ਰਿਹਾ। ਜਿੰਨੀ ਦੇਰ ਮੈਂ ਆਪਰੇਸ਼ਨ ਥੀਏਟਰ 'ਚ ਸਾਂ, ਹੁਣ ਇਹੀ ਜਵਾਬ ਮਿਲਦਾ ਕਿ ਹਾਲੇ ਆਪਰੇਸ਼ਨ ਚੱਲ ਰਿਹਾ, ਅਤੇ ਜਿੰਨੀ ਦੇਰ ਮੈਂ ਬੇਹੋਸ਼ ਹਾਂ ਉਨੀ ਦੇਰ ਤੀਕਰ ਇਮਰਾਨ ਮੁਸਲਸਲ ਫੋਨ ਕਰਦਾ। ਔਰ ਜਦੋਂ ਬੇਟੇ ਨੇ ਉਹਨਾਂ ਨੂੰ ਯਕੀਨ ਦਵਾ ਦਿੱਤਾ ਠੀਕ ਨੇ ਅਤੇ ਡਾਕਟਰਾਂ ਨੇ ਗੱਲ ਕਰਨ ਤੋਂ ਮਨਾ ਕੀਤਾ, ਲੇਕਿਨ ਬਿਹਤਰ ਉਨੀ ਦੇਰ ਤੱਕ ਉਹਨੇ ਮੁਸਲਸਲ ਫੋਨ ਕੀਤੇ। ਔਰ ਇਹ ਕੋਈ ਤੁਹਾਡਾ, ਮੇਰੇ ਕਿਸੇ ਭਰਾ ਨੇ ਵੀ ਖੋਰੇ ਇੰਨੇ ਫੋਨ ਨਾ ਕੀਤੇ ਹੋਣ, ਮੇਰੀ ਕਿਸੇ ਭੈਣ ਨੇ ਵੀ ਇੰਨੀ ਵਾਰੀ ਨਹੀਂ ਪੁੱਛਿਆ ਹੋਣਾ। ਅਤੇ ਜੇ ਇਮਰਾਨ ਤੁਹਾਡੇ ਲਈ ਇੰਨਾ ਪਰੇਸ਼ਾਨ ਸੀ ਅਤੇ ਯਕੀਨਨ ਉਹ ਭੈਣ ਭਰਾਵਾਂ ਤੋਂ ਹੁੰਦਾ ਸੀ, ਔਰ ਸਾਡਾ ਇਸਦਾ ਹੀ ਰਿਸ਼ਤਾ ਸੀ। ਇਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਇਹ ਹੋਣ, ਉਹਦੀ ਅਖਬਾਰ ਦੀਆਂ ਜ਼ਿੰਮੇਵਾਰੀਆਂ ਹੋਣ। ਅਸੀਂ ਕਿਤਾਬ ਛੱਪਣ ਤੋਂ ਪਹਿਲੇ ਇੱਕ ਦੂਜੇ ਦੀਆਂ ਕਿਤਾਬਾਂ ਵੀ ਵੇਖਦੇ, ਇੱਕ ਦੂਜੇ ਦੇ ਨਾਲ ਪ੍ਰੋਫ ਰੀਡਿੰਗ ਵੀ ਕਰਦੇ, ਇੱਕ ਦੂਜੇ ਦੇ ਨਾਲ ਇੱਕ ਜ਼ਿੰਦਗੀ ਦਾ ਇੱਕ ਤਵੀਲ ਸਫ਼ਰ। ਔਰ ਇਮਰਾਨ ਨਕਵੀ ਨਾਲ ਇੰਨੀਆਂ ਮੁਹੱਬਤਾਂ ਨੇ, ਇੰਨੀਆਂ ਯਾਰੀਆਂ ਨੇ, ਇੰਨੀਆਂ ਗੱਲਾਂ ਨੇ ਕਿ ਮੈਂ ਸਾਂਝੀਆਂ ਕਰਦਾ ਰਹਾਂ ਅਤੇ ਸ਼ਾਇਦ ਮੈਂ ਹੱਕ ਅਦਾ ਕਰ ਸਕਾਂ। ਅਸੀਂ ਇਕੱਠੇ, ਸਾਡੇ ਨਾਲ ਲਤੀਫੇ ਵੀ ਹੋਏ। ਅਸੀਂ ਜੰਡਿਆਲਾ ਸ਼ੇਰ ਖਾਂ ਤੋਂ ਅੱਗੇ ਪਿੰਡ ਕੜਿਆਲ ਕਲਾਂ,
ਉੱਥੇ ਮੇਰੇ ਵਾਲਿਦ ਉਸਤਾਦ ਮੁਹਤਰਮ ਸੈਯਦ ਨਵੀਰ ਬੁਖਾਰੀ ਰਹਿੰਦੇ ਨੇ, ਉਹਨਾਂ ਦੇ ਪੀਰੋ ਮੁਰਸ਼ਦ ਦਾ ਉਸ ਸੀ ਤੇ ਉਹਨਾਂ ਨੂੰ ਸਾਇਆ ਰੱਖਿਆ ਹੋਇਆ ਸੀ। ਅਸੀਂ ਉਦੋਂ ਬਿਲਕੁਲ ਨੌਜਵਾਨ ਸਾਂ, ਸਾਡੇ ਚ ਕੋਈ ਵੀ ਸ਼ਾਇਦ 25 ਸਾਲ ਦਾ ਵੀ ਨਹੀਂ ਸੀ, 22-23 ਸਾਲ ਸਾਡੀ ਉਮਰ ਹੋਏ। ਹੋ ਸਕਦਾ ਕੋਈ ਇੱਕ ਦੋ ਵਿੱਚੋਂ ਉਮੀਦ ਵੇਲ ਰਹੇ ਸੀ, ਚਾਰ ਮੁੰਡੇ ਮੁਸ਼ਾਇਰਾ ਪੜ੍ਹਨ ਚੱਲੇ ਗਿਆ ਉੱਥੇ ਸ਼ੇਖਪੁਰੇ ਜਾ ਕੇ ਬੱਸ ਬਦਲਣੀ ਸੀ। ਅਸੀਂ ਜਦੋਂ ਸ਼ੇਖਪੁਰੇ ਪਹੁੰਚੇ ਤੇ ਮੈਨੂੰ ਇੱਕ ਬੇਲੀ ਕਹਿਣ ਲੱਗਾ, ਭਾਅ ਜੀ ਚਾਹ ਪਹਿਲੇ ਪਿਓ ਫਿਰ ਅੱਗੇ ਜਾਵਾਂਗੇ ਤੁਸੀਂ ਮੇਜ਼ਬਾਨ। ਅਸੀਂ ਇੱਕ ਦੁਕਾਨ ਚ ਵੜ ਗਏ ਚਾਹ ਪੀਣ ਲਈ, ਉੱਥੇ ਚਾਹ ਦਾ ਆਰਡਰ ਦਿੱਤਾ, ਖਲੋਤੇ ਸਾਂ ਤੇ ਇਸੇ ਦੌਰਾਨ ਇੱਕ ਬਹੁਤ ਵੱਡੀ ਗੱਡੀ ਆ ਕੇ ਮਿਲੀ। ਕਾਫੀ ਲੰਬੀ ਗੱਡੀ ਸੀ, ਕਾਰ ਪਹੁੰਚੇ ਉਹਦੇ ਨਾਲੋਂ ਵੀ ਲੰਬਾ ਬੰਦਾ ਨਿਕਲਿਆ ਤੇ ਉਹਨੂੰ ਵੇਖਦੇ ਇਮਰਾਨ ਕਹਿੰਦਾ, ਉਹ ਨਿਜ਼ਾਮ ਦੀ ਇਹ ਅਸੀਂ ਸੁਣਦੇ। ਅਸੀਂ ਫਟਾਫਟ ਉਸ ਬੰਦੇ ਦੇ ਪਿੱਛੇ ਪਿੱਛੇ, ਉਹ ਚਾਹ ਵਾਲੀ ਦੁਕਾਨ ਦੇ ਆਉਣ ਦੀ ਬਜਾਏ ਨਾਲ ਦੀ ਦੁਕਾਨ ਚ ਵੜ ਗਿਆ, ਤੰਬਾਕੂ ਵਾਲੀ ਦੁਕਾਨ ਸੀ। ਅਸੀਂ ਉੱਥੇ ਗਏ, ਉਹ ਬਾਬਾ ਜੀ ਸਾਨੂੰ ਕਹਿਣ ਲੱਗੇ, ਹਾਂਜੀ ਸਾਡੇ ਸਾਰੇ ਸ਼ਾਇਰਾਂ ਦੇ ਹੱਥ ਚ ਆਪਣੀ ਆਪਣੀ ਪਿਆਸ ਸੀ, ਪਾੜਾ ਹੈ ਉਹ ਪੁੱਤਰ? ਅਸੀਂ ਕਿਹਾ ਹਾਂਜੀ ਪਾੜਾ ਹੈ। ਕਹਿੰਦਾ ਜਾਓ ਫਿਰ ਘਰ, ਬੇਬੇ ਉਡੀਕਦੀ ਹੋਣੀ। ਇਮਰਾਨ ਨੇ ਆਖਿਆ ਜਾਂਦੇ ਹਾਂ ਜੀ, ਬਸ ਤੁਹਾਡੇ ਦਰਸ਼ਨ ਕਰ ਲਈਏ। ਨਿਜ਼ਾਮਦੀਨ ਕਹਿਣ ਲੱਗਾ, ਹੋ ਗਏ ਨੇ ਦਰਸ਼ਨ ਕਿ ਹੁਣ ਮੈਂ ਕੱਪੜੇ ਲਾਵਾਂ? ਉਹਦੇ ਬਾਅਦ ਅਸੀਂ ਹੌਲੀ ਹੌਲੀ ਖਿਸਕ ਕੇ ਸਾਈਡ ਤੇ ਹੋ ਗਏ, ਪਰ ਉਹਦੇ ਬਾਅਦ ਬਾਕੀ ਦਾ ਸਾਰਾ ਸਫ਼ਰ ਇਮਰਾਨ ਸੀ, ਨਿਜ਼ਾਮਦੀਨ ਦੇ ਲਤੀਫੇ ਸਨ ਤੇ ਇੰਜ ਦੀਆਂ ਸਾਰੀਆਂ ਗੱਲਾਂ ਸਨ, ਕਿਉਂਕਿ ਇਮਰਾਨ ਰੇਡੀਓ ਪਾਕਿਸਤਾਨ ਤੇ ਨਿਜ਼ਾਮਦੀਨ ਨਾਲ ਬਹੁਤ ਗੱਪਾਂ ਲਾਉਂਦਾ ਹੁੰਦਾ ਸੀ, ਪਰ ਉਹਨੂੰ ਉਹਦਾ ਦੋਸਤਾਨਾ ਵੀ ਸੀ ਤੇ ਰੇਡੀਓ ਤੇ ਉਹਦੇ ਕਈ ਜਿਹੜੇ ਲਤੀਫੇ ਮਸ਼ਹੂਰ ਸਨ। ਤੇ ਮਸਾਂ ਇਸ ਤਰ੍ਹਾਂ ਦੀਆਂ ਸਾਡੀਆਂ ਇੱਕ ਤਵੀਰ ਸੰਗਤਾਂ ਨੇ ਜਿਹਦੇ ਚ ਅਸੀਂ ਇੱਕ ਦੂਜੇ ਨੂੰ, ਮੈਂ ਬਹੁਤ ਸਾਰੇ ਲਤੀਫੇ ਜ਼ਾਹਰੇ ਇਸ ਮਹਿਫਲ ਦਾ ਇੱਕ ਤਕੱਦਸ ਹੈ, ਔਰ ਜਦੋਂ ਬੈਠੇ ਹੋਣ ਬਜ਼ੁਰਗ ਤੇ ਫਿਰ ਥੋੜਾ ਜਿਹਾ ਉਹਦਾ ਵੀ ਧਿਆਨ ਰੱਖਣਾ ਪੈਂਦਾ, ਲੇਕਿਨ ਜਿਹੜੇ ਸਾਡੀ ਦੋਸਤੀ ਸੀ ਜਿਹੜੀ ਅਸੀਂ ਗੱਪਾਂ ਲਾਉਂਦੇ ਸਾਂ, ਉਹ ਇੱਕ ਜ਼ਿੰਦਗੀ ਦੇ ਬੜੇ ਮਜ਼ੇ ਵਾਲੇ ਦੋਸਤ ਸਨ। ਸਾਡੇ ਜ਼ਮਾਨੇ 'ਚ ਬੜੀ ਫੁਰਸਤ ਹੁੰਦੀ ਸੀ, ਬੜਾ ਵੇਲ ਹੁੰਦਾ ਸੀ, ਨਾ ਸਾਡਾ ਟਾਈਮ ਫੇਸਬੁੱਕ ਖਾਂਦੀ ਸੀ, ਨਾ ਅਸੀਂ ਗੂਗਲ ਤੇ ਕੋਈ ਸਰਚ ਕਰਨੀ ਹੁੰਦੀ ਸੀ, ਬਸ ਕਿਤਾਬਾਂ ਹੁੰਦੀਆਂ ਸਨ, ਅਸੀਂ ਹੁੰਦੇ ਸਾਂ ਤੇ ਕਿਤਾਬਾਂ ਪੜ੍ਹਨ ਤੋਂ ਇਲਾਵਾ ਇੱਕ ਦੂਜੇ ਕੋਲ ਖਲੋਣ ਦਾ ਸਿਲਸਿਲਾ ਵੀ ਸੀ। ਇੱਕ ਵਾਰੀ ਮੈਂ ਤੇ ਇਮਰਾਨ ਯੂਨੀਵਰਸਿਟੀ ਗਏ, ਉਦੋਂ ਜਵਾਜ ਜਾਫਰੀ MA ਉਰਦੂ ਕਰ ਰਿਹਾ ਸੀ, ਅਸੀਂ ਉਹਦੇ ਕਮਰੇ 'ਚ ਗਏ। ਉੱਥੇ ਇੱਕ ਨਾਵਲ ਪਿਆ ਹੋਇਆ ਸੀ, ਤਨ ਤਾਰ ਆ ਰਾ, ਉਰਦੂ ਦੇ ਵੱਡੇ ਨਾਵਲਾਂ 'ਚ। ਇਮਰਾਨ ਕਹਿੰਦਾ, ਯਾਰ ਨਾਵਲ ਤਾਂ ਬੜਾ ਵਧੀਆ, ਪਤਾ ਕਿੱਥੇ ਜਾਫਰੀ ਕਿੱਥੇ ਆ? ਕਹਿੰਦਾ ਕਲਾਸ ਲੈਣ ਗਿਆ। ਅਸੀਂ ਪਹਿਲੇ ਉਹਦੇ ਮੈਸ ਦਾ ਖਾਣਾ ਮੰਗਵਾਇਆ, ਇੰਜ ਦੀ ਸਾਡੀ ਫਰੈਗਨੈਂਸ ਹੈ ਸੀ ਉੱਥੇ, ਖਾਣਾ ਖਾਧਾ ਫਿਰ ਨਾਵਲ ਚੁੱਕਿਆ ਤੇ ਅਗਲੇ ਦਿਨ ਚਿੱਠ ਲਿਖ ਕੇ ਰੱਖਾ ਹੈ, ਨਾਵਲ ਲੈ ਚੱਲੇ ਹਾਂ, ਪੜ੍ਹ ਕੇ ਵਾਪਸ ਕਰ ਲਿਆ। ਪਰ ਅਗਲੇ ਦਿਨ ਜਾਫਰੀ ਨੇ
ਸਾਡੇ ਕੋਲ ਪੜ ਗਿਆ। ਇਹ ਨਾਵਲ ਤੇ ਮੈਂ ਕਿਸੇ ਦਾ ਲਿਆਂਦਾ, ਮੈਂ ਵਾਪਸ ਨਾਵਲ ਦੀ ਪਰ ਹੱਦੇ ਸੀ ਕਿ ਇਮਰਾਨ ਨੂੰ ਮੈਂ ਨਾਵਲ ਪੜ੍ਹਨ ਦਿੱਤਾ। ਮੈਂ ਕਿਹਾ ਪਹਿਲਾਂ ਮੈਂ ਪੜ੍ਹਾਂਗਾ, ਬਾਅਦ ਚ ਤੂੰ ਪੜ੍ਹੀ। ਮੈਂ ਲੈ ਮਿਲਿਆ ਉਹਨੂੰ, ਮੇਰੇ ਘਰ ਦਾ ਹੀ ਨਹੀਂ ਸੀ ਪਤਾ ਉਹ ਇਮਰਾਨ ਆ ਲਾਇਆ, ਫਿਰ ਇਹਨੂੰ ਲੈ ਕੇ ਮੇਰੇ ਘਰ ਆਇਆ। ਅੱਗੋਂ ਮੈਂ ਘਰ ਨਹੀਂ ਸੀ, ਅੱਧਾ ਪੌੜਾ ਘੰਟਾ ਮੇਰੇ ਫਿਰ ਇਹਨਾਂ ਨੂੰ ਬਾਹਰ ਛੱਡਿਆ, ਆਏਗਾ ਤੇ ਫਿਰ ਨਾਵਲ ਲੱਭ ਕੇ ਦੇਗਾ। ਤੇ ਇੰਜ ਮਤ ਜੋ ਆਜ਼ਾਫਰੀ ਨੂੰ ਸੀ ਉਹ ਨਾਵਲ ਵਾਪਸ ਕਰ ਦਿੱਤਾ, ਪਰ ਮੈਂ 70% ਨਾਵਲ ਪੜ੍ਹ ਛੱਡਿਆ ਸੀ ਉਸ ਵੇਲੇ ਤੱਕ, ਤੇ 30% ਉਹਦੇ ਸਫ਼ੇ ਯਾਨੀ ਕਿ 150 ਤੋਂ 200 ਸਫ਼ੇ ਮੈਂ ਪੜ੍ਹ ਦਿੱਤੇ ਸੀ, ਤੇ 40-50 ਰਹਿੰਦੇ ਸਨ। ਔਰ ਮਜ਼ੇਦਾਰੀ ਦੀ ਗੱਲ ਹੈ ਉਸ ਨਾਵਲ ਦੇ ਬਾਕੀ ਦੇ 40-50 ਮੈਂ ਅੱਜ ਤੱਕ ਨਹੀਂ ਪੜ੍ਹੇ। ਤੇ ਲੇਕਿਨ ਇਹ ਮੇਰੀ ਖਵਾਹਿਸ਼ ਰਹੀ ਕਿ ਇਸ ਨਾਵਲ ਦਾ ਐਂਡ ਕੀ ਹੁੰਦਾ ਹੈ। ਮਤਲਬ ਇਸ ਤਰ੍ਹਾਂ ਦੀਆਂ ਸੀ ਕਿਤਾਬਾਂ ਇਮਰਾਨ ਕੋਲ, ਬਹੁਤ ਡਾਕਟਰ ਸਾਹਿਬ ਕੋਲ ਬੜੀਆਂ ਕਿਤਾਬਾਂ ਸਨ, ਮੇਰੇ ਕੋਲ ਸਿਰਫ ਪੰਜਾਬੀ ਦੀਆਂ ਹੁੰਦੀਆਂ ਸਨ। ਇਸ ਵੇਲੇ ਵੀ ਮੇਰੇ ਘਰ ਕਮ ਅਜ਼ ਕਮ 10,000 ਹੋਏਗੀ, ਤੇ ਇਮਰਾਨ ਦੇ ਘਰ ਸ਼ਾਇਦ 20,000 ਕਿਤਾਬ ਹੋਏ। ਤੇ ਅਸੀਂ ਇੱਕ ਦੂਜੇ ਦੀਆਂ ਕਿਤਾਬਾਂ ਨੂੰ ਸ਼ੇਅਰ ਕਰਦੇ ਸਾਂ, ਇੱਕ ਦੂਜੇ ਨਾਲ ਪੜ੍ਹਦੇ ਵੀ ਸਾਂ। ਅੱਜ ਦੀ ਨਸਲ ਕੋਲ ਨਾ ਪੜ੍ਹਨ ਦਾ ਟਾਈਮ ਹੈ, ਨਾ ਕਿਤਾਬ ਵੇਖਣ ਦਾ ਟਾਈਮ ਹੈ, ਤੇ ਜੇ ਕਿਤਾਬ ਪੜ੍ਹਨੀ ਨਹੀਂ ਤੇ ਫਿਰ ਕਿਤਾਬ ਲਿਖੀ ਨਹੀਂ ਜਾਣੀ, ਕਿਤਾਬ ਤਖਲੀਕ ਨਹੀਂ ਪਾਉਂਦੀ। ਤੇ ਇਹ ਜਿਹੜੀ ਫੇਸਬੁੱਕ ਆਈ ਹੈ, ਇਹਨੇ ਵਾਕਿਆ ਹੀ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਕਿਤਾਬ ਤੋਂ ਦੂਰ ਕੀਤਾ ਹੈ, ਇਲਮ ਤੋਂ ਦੂਰ ਕੀਤਾ ਹੈ, ਤਹਿਜ਼ੀਬ ਤੋਂ ਦੂਰ ਕੀਤਾ ਹੈ। ਲੇਕਿਨ ਉਸ ਸਮੇਂ ਜਿਹੜਾ ਸਾਡੀ ਨੌਜਵਾਨੀ ਦਾ ਦੌਰ ਸੀ, ਅਸੀਂ ਇੱਕ ਦਿਨ ਚ ਇੱਕ ਪੂਰੀ ਕਿਤਾਬ ਦੀ ਖਤਮ ਕਰ ਲਈ। ਔਰ ਮੈਂ ਉਹਨੂੰ ਕਹਿਣਾ ਯਾਰ ਕਿਤਾਬ ਦੇ, ਉਹਨੂੰ ਕਹਿਣਾ ਹਾਲੇ ਮੈਂ ਪੜ੍ਹਨੀ, ਉਹ ਤੂੰ ਕੱਲ ਪੜ੍ਹ ਲਈ, ਕੱਲ ਸ਼ਾਮ ਨੂੰ ਮੈਂ ਤੈਨੂੰ ਵਾਪਸ ਕਰ ਜਾ। ਤੇ ਕੱਲ ਸ਼ਾਮ ਤੱਕ ਮੈਂ ਕਿਤਾਬ ਅੱਜ ਸ਼ਾਮ ਨੂੰ ਲੈ ਕੇ ਜਾ ਰਿਹਾ, ਤੇ ਕੱਲ ਸ਼ਾਮ ਤੱਕ ਮੈਂ ਪੜ੍ਹ ਕੇ ਉਹਨੂੰ ਵਾਪਸ ਕਰ ਦੇਣੀ। ਤੇ ਕਿਸੇ ਨੇ ਉਹਨੇ ਆਉਣਾ ਤੇ ਉਹਨੂੰ ਨਜ਼ਰ ਪੈਣੀ ਆ, ਯਾਰ ਤੇਰੇ ਕੋਲ ਬੜੀ ਅੱਛੀ ਕਿਤਾਬ ਆਈ, ਇਹ ਮਿੰਦੇ ਦੇ। ਮੈਂ ਉਹਨੂੰ ਕਹਿਣਾ ਤੂੰ ਤੇ ਹਫ਼ਤਾ ਲਾ ਦੇਣਾ, ਪਹਿਲੇ ਮੈਂ ਪੜ੍ਹ ਲਾ ਫਿਰ ਤੈਨੂੰ ਦਿਆ। ਤੇ ਇਹਦੀ ਕਰਕੇ ਸਾਡੀਆਂ ਆਪਸ ਵਿੱਚ ਚੋਲਾ ਮੋਲਾ ਚੱਲਦੀਆਂ ਸਨ, ਬੜੀ ਮੁਹੱਬਤ ਔਰ ਬੜਾ ਪਿਆਰ ਸੀ। ਤੁਸੀਂ ਇਹ ਉਹਨਾਂ ਦੀ ਗੁਫ਼ਤਗੂ ਵੀ ਸੁਣੀ, ਅਸੀਂ ਇਸ ਤਰ੍ਹਾਂ ਹੀ ਇੱਕ ਦੂਜੇ ਦੀ ਇੱਜ਼ਤ ਵੀ ਕਰਦੇ ਸਾਂ, ਪਿਆਰ ਵੀ ਕਰਦੇ ਸਾਂ, ਤੇ ਬਹਾਲੇ ਬਹਾਲੇ ਇੱਕ ਦੂਜੇ ਦੀ ਤਾਰੀਫ਼ ਵੀ ਕਰਦੇ ਸਾਂ, ਕਿਉਂਕਿ ਯਾਰੀ ਲਈ ਬੜਾ ਜ਼ਰੂਰੀ ਹੈ। ਜਿਹੜੀ ਉਹ ਨਾਤ ਪੜ੍ਹ ਰਹੇ ਸਨ, ਉਹਨਾਂ ਨਾਤ ਪੜ੍ਹਨ ਤੋਂ ਪਹਿਲਾਂ ਕਿਹਾ ਜੀ ਅਰਸ਼ਦ ਦੀ ਨਾਤ ਸੁਣ ਕੇ ਤੇ ਮੇਰਾ ਧਿਆਨ ਹੈ, ਇਹ ਮੈਂ ਹੁਣ ਪੜ੍ਹਨੀ। ਤੇ ਮੈਂ ਵੀ ਫਿਰ ਉਹੋ ਹੀ ਨਾਤ ਤੁਹਾਨੂੰ ਸੁਣਾਉਣ ਲੱਗਾ ਜਿਹੜੀ ਸੁਣ ਕੇ ਉਹਨਾਂ ਕਿਹਾ ਸੀ ਕਿ ਮੈਂ ਨਾਤ ਇਹਦਾ ਸਿਰਫ ਇੱਕ ਮਕਤਾ ਹੀ ਕੰਮ ਦਾ ਸ਼ੇਰ ਹੈ। ਔਰ ਇਮਰਾਨ ਨੂੰ ਇਹ ਬੜਾ ਪਸੰਦ ਸੀ, ਇਮਰਾਨ ਨੂੰ ਯਾਦ ਕਰਦਿਆਂ ਉਹਦਾ ਪਸੰਦੀਦਾ ਮਕਤਾ ਤੁਹਾਡੀ ਖਿਦਮਤ ਚ ਪੇਸ਼ ਕਰਾਂਗਾ। ਲੇਕਿਨ ਪੂਰੀ ਨਾਤ ਕਾਸ਼ ਕਦੀ ਮੈਂ ਪਾਕ ਨਬੀ ਦਾ ਦੌਰ ਮੁਬਾਰਕ ਪਾਉਂਦਾ, ਕਾਸ਼ ਕਦੀ ਮੈਂ ਪਾਕ ਨਬੀ ਦਾ ਦੌਰ ਮੁਬਾਰਕ ਪਾਉਂਦਾ, ਸੂਰਜ ਮੁਖੜਾ ਤੱਕਦਾ ਰਹਿੰਦਾ ਕਦਮੇ ਵਿੱਚ ਵਿੱਚ ਜਾਂਦਾ। ਸੁਭਾਨ ਅੱਲਾ, ਸੁਭਾਨ ਅੱਲਾ। ਤੇ ਕਾਸ਼ ਅਬੂ ਜਾਹਲ ਦੇ ਹੱਥ ਦਾ ਮੈਂ ਹੀ ਕੰਮ ਕਰ ਹੁੰਦਾ, ਕਾਸ਼ ਅਬੂ ਜਾਹਲ ਦੇ ਹੱਥ ਦਾ ਮੈਂ ਹੀ ਕੰਮ ਕਰ ਹੁੰਦਾ, ਇਜ਼ਨ ਮੁਬਾਰਕ ਉੱਤੇ ਮੈਂ ਵੀ ਕਲਮਾ ਆਪ ਸੁਣਾਉਂਦਾ। ਸੁਭਾਨ ਅੱਲਾ। ਤੇ ਕਾਸ਼ ਕਦੀ ਮੈਂ ਰੁੱਖ ਹੀ ਹੁੰਦਾ ਤੈਬਾ ਤੇ ਰਾਹ ਗਿਆ, ਕਾਸ਼ ਕਦੀ ਮੈਂ ਰੁੱਖ ਹੀ ਹੁੰਦਾ ਤੈਬਾ ਤੇ ਰਾਹ ਗਿਆ, ਪਾਕ ਮੁਹੰਮਦ ਕੋਲੋਂ ਲੰਘਦੇ ਰੱਜ ਰੱਜ ਦਰਸ਼ਨ ਪਾਉਂਦਾ। ਸੁਭਾਨ ਅੱਲਾ, ਸੁਭਾਨ। ਕਾਸ਼ ਕਦੀ ਮੈਂ ਪੱਥਰ ਹੁੰਦਾ
ਖੰਡਕ ਦੇ ਵਿੱਚ ਦਿਸਦਾ। ਕਾਸ਼ ਕਦੀ ਮੈਂ ਪੱਥਰ ਹੁੰਦਾ ਖੰਡਕ ਦੇ ਵਿੱਚ ਦਿਸਦਾ, ਆਕਾ ਦੇ ਹੱਥ ਲਾਉਂਦਿਆਂ ਹੀ ਮੈਂ ਰੇਜ਼ੇ ਹੋ ਜਾਂਦਾ। ਤੇ ਕਾਸ਼ ਕਦੀ ਮੈਂ ਵਾਂਗ ਅਨਾਨੇ ਹਿਜਰੋਂ ਫੁੱਟ ਫੁੱਟ ਰੋਂਦਾ। ਕਾਸ਼ ਕਦੀ ਮੈਂ ਵਾਂਗ ਅਨਾਨੇ ਹਿਜਰੋਂ ਫੁੱਟ ਫੁੱਟ ਰੋਂਦਾ, ਆਕਾ ਮੇਰੇ ਨੇੜੇ ਆਉਂਦੇ ਵਿੱਚ ਕਲਾਵੇ ਜਾਂਦਾ। ਕਾਸ਼ ਕਦੀ ਮੈਂ ਵਾਂਗ ਹਨਾਨੇ ਹਿਜਰੋਂ ਫੁੱਟ ਫੁੱਟ ਰੋਂਦਾ, ਆਕਾ ਮੇਰੇ ਨੇੜੇ ਆਉਂਦੇ ਵਿੱਚ ਕਲਾਵੇ ਜਾਂਦਾ। ਤੇ ਇਸ ਦਰਜੇ ਨੂੰ ਪਹੁੰਚ ਨਹੀਂ ਸਕਦਾ ਕੋਈ ਵੀ ਜੱਗ ਦਾ ਬੰਦਾ, ਇਸ ਦਰਜੇ ਨੂੰ ਪਹੁੰਚ ਨਹੀਂ ਸਕਦਾ ਕੋਈ ਵੀ ਜੱਗ ਦਾ ਬੰਦਾ। ਵਾਰਾ ਫਾਨਾ ਲਾਕਾ ਰੱਬ ਸੋਹਣਾ ਫਰਮਾਉਂਦਾ। ਤੇ ਹੁਣ ਉਹ ਸ਼ੇਰ ਜਿਹੜਾ ਇਮਰਾਨ ਨੂੰ ਬਹੁਤ ਪਸੰਦ ਸੀ ਔਰ ਹਮੇਸ਼ਾ ਉਹਨਾਂ ਨੇ ਇਸ ਸ਼ੇਰ ਦੀ ਤਾਰੀਫ ਕੀਤੀ, ਹਬੂ ਅਬੂ ਹਰੈਰਾ ਵਾਂਗੂ ਆਕਾ ਰੱਖ ਦੇ ਨਾ ਕੋਈ ਮੇਰਾ, ਅਬੂ ਹਰੈਰਾ ਵਾਂਗੂ ਆਕਾ ਰੱਖ ਦੇ ਨਾ ਕੋਈ ਮੇਰਾ, ਉਹ ਸਭ ਨੂੰ ਚੇਤੇ ਰਹਿੰਦਾ ਅਰਸ਼ ਕੋਲ ਪਲ ਜਾਂਦਾ। ਅਬੂ ਹਰੈਰਾ ਵਾਂਗੂ ਆਕਾ ਰੱਖ ਦੇ ਨਾ ਕੋਈ ਮੇਰਾ, ਉਹ ਚੇਤੇ ਰਹਿੰਦਾ ਸਭ ਨੂੰ ਅਰਸ਼ ਕੋਲ ਪਲ ਜਾਂਦਾ। ਕਾਸ਼ ਕਦੀ ਮੈਂ ਪਾਕ ਨਬੀ ਦਾ ਦੌਰ ਮੁਬਾਰਕ ਪਾਉਂਦਾ ਤੇ ਸੂਰਜ ਮੁਖੜਾ ਤੱਕਦਾ ਰਹਿੰਦਾ ਕਦਮੀ ਵਿੱਚ ਵਿੱਚ ਜਾਂਦਾ।